ਸਤਿ ਸ਼੍ਰੀ ਅਕਾਲ। ਨੈਕਸਟ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਗੁਰਜਿੰਦਰ ਸਿੰਘ ਅਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਦੇਸਰਾਜ ਕਾਲੀ ਸਾਹਿਬ। ਕਾਲੀ ਸਾਹਿਬ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਾਲੀ ਸਾਹਿਬ, ਅੱਗ ਤਾਂ ਹਜੇ ਮਣੀਪੁਰ ਦੀ ਠੰਡੀ ਨਹੀਂ ਸੀ ਹੋਈ, ਉਹ ਅੱਗ ਜਿਹਦੇ 'ਚ ਮਣੀਪੁਰ ਜਿਹਾ ਸ਼ਾਂਤ ਸੂਬਾ ਸੜਿਆ। ਮਣੀਪੁਰ ਦੀਆਂ ਹਜੇ ਘਟਨਾਵਾਂ ਦਾ ਅਧਿਐਨ ਹੋਣਾ ਬਾਕੀ ਸੀ, ਉੱਥੇ ਕਿਸੇ ਕਨਕਲੂਜਨ 'ਤੇ ਪਹੁੰਚਣਾ ਅਜੇ ਬਾਕੀ ਸੀ। ਪਰ ਉਸ ਤੋਂ ਪਹਿਲਾਂ ਇੱਕ ਸਾਡੇ ਅੱਗੇ ਹੋਰ ਗੱਲਬਾਤ ਦੇ ਲਈ ਜਿਹੜਾ ਵਿਸ਼ਾ, ਉਹ ਵਿਸ਼ਾ ਹਰਿਆਣਾ ਦਾ ਆ ਗਿਆ, ਹਰਿਆਣਾ ਦੇ ਅਨੋਦ ਆ ਗਿਆ ਆਪਣੇ ਲਈ ਗੱਲਬਾਤ ਦਾ ਵਿਸ਼ਾ। ਪਰ ਜਿਹੜੇ ਲੋਕ ਉੱਥੇ ਪੀੜਿਤ ਹੋ ਗਏ ਉਸ ਚੀਜ਼ ਦੇ ਲਈ, ਉਹਨਾਂ ਦੇ ਲਈ ਆਹ ਜ਼ਿੰਦਗੀ ਭਰ ਦਾ ਦਰਦ ਉਹਨਾਂ ਦੇ ਸਾਹਮਣੇ ਖਲੋ ਗਿਆ। ਸਦੀਆਂ ਤੱਕ, ਦਹਾਕਿਆਂ ਤੱਕ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਚਲੇ ਗਏ, ਜਿਹੜੇ ਬੇਕਸੂਰ ਤਾੜੇ ਗਏ ਜਾਂ ਪੀੜਿਤ ਹੋ ਗਏ, ਉਹਨਾਂ ਦੇ ਅੱਖਾਂ ਦੇ ਸਾਹਮਣੇ ਤਾਂ ਇਹ ਸਾਲਾਂ ਤੱਕ ਤਸਵੀਰ ਘੁੰਮਦੀ ਰਹਿਣੀ ਹੈ। ਇੱਕ ਅੱਲਾ ਜ਼ਖਮ ਬਣ ਜਾਣਾ, ਜਿਹੜਾ ਨਾਸੂਰ ਬਣ ਕੇ ਸਦਾ ਹੀ ਰਿਸਦਾ ਰਹਿਣਾ। ਸੋ ਕਾਲੀ ਸਾਹਿਬ, ਕੀ ਕੁਛ ਹਰਿਆਣਾ ਦੇ ਵਿੱਚ ਹੋਇਆ ਤੇ ਹੁਣ ਕੀ ਅਪਡੇਟ ਹੈ, ਕਿਵੇਂ ਸਾਰੀ ਗੱਲਬਾਤ ਤੁਸੀਂ ਦੇਖ ਰਹੇ ਹੋ ਜੀ? ਬਹੁਤ ਦੁਖਾਂਤਕ ਰਜਿੰਦਰ, ਬਹੁਤ ਜ਼ਿਆਦਾ ਦੁਖਾਂਤਕ। ਔਰ ਕੀ, ਮੈਂ ਤਾਂ ਸਿੱਧੀ ਸਿੱਧੀਆਂ ਗੱਲਾਂ ਕਹਿਣਾ ਕਿ ਯਾਰ, ਵੋਟਾਂ ਦੀਆਂ ਰੋਟੀਆਂ ਲੋਕਾਂ ਦੇ ਘਰਾਂ 'ਤੇ, ਲੋਕਾਂ ਦੀਆਂ ਦੁਕਾਨਾਂ 'ਤੇ, ਲੋਕਾਂ ਦੀਆਂ ਜਾਨਾਂ 'ਤੇ, ਲੋਕਾਂ ਦੀਆਂ ਗੱਡੀਆਂ 'ਤੇ, ਇਹਦੇ 'ਤੇ ਸੇਕੀਰੀਆਂ। ਕਿਤੇ ਨਾ ਕਿਤੇ ਅਸੀਂ ਇਹ ਦੇਖਦੇ ਹਾਂ, ਇੰਨਾ ਅਸੀਂ ਘੋਰ ਤੁਖਾਂਤ 'ਚੋਂ ਨਿਕਲਦੇ ਹਾਂ ਕਿ ਕੋਈ 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 ਅਨਸਰਟਨਟੀ ਇਜ਼ ਦੇਅਰ, ਦੇਅਰ ਇਜ਼ ਨੋ ਗਵਰਨਮੈਂਟ ਐਟ ਆਲ। ਮਤਲਬ ਤੁਸੀਂ ਹੈਰਾਨ ਮੰਨੋਗੇ ਕਿ ਮਨੋਹਰ ਲਾਲ ਖੱਟਰ, ਜਿਹੜਾ ਬੁਰੀ ਤਰ੍ਹਾਂ ਨਾਲ ਫੇਲ ਹੋਇਆ ਹਰਿਆਣਾ ਸਰਕਾਰ 'ਚ, ਉਹ ਕਹਿ ਰਿਹਾ ਹੈ ਜਵਾਬ ਦੇ ਵਿੱਚ, ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਜਵਾਬ ਦੇ ਵਿੱਚ ਕਹਿ ਰਹੇ ਨੇ ਕਿ ਇਕੱਲੇ ਇਕੱਲੇ ਜਾਨ ਮਾਲ ਦੀ ਰੱਖਿਆ ਕਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਕਿਹਦੇ ਵੱਸ ਦੀ ਗੱਲ ਆ ਯਾਰ? ਇਨਪੁਟਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਨੂੰ ਦੋ ਤਿੰਨ ਦਿਨ ਪਹਿਲਾਂ ਇਨਪੁਟਸ ਆ ਗਈਆਂ ਸੀਗੀਆਂ ਕਿ ਇਸ ਇਸ ਤਰੀਕੇ ਦੇ ਨਾਲ ਜਿਹੜਾ ਹੈ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਜਾਂ ਉਹ ਮੋਨੂ ਮਾਨੇਸਰ ਜਿਹੜਾ ਸ਼ਰੇਆਮ ਘੁੰਮ ਰਿਹਾ ਗੁੰਡਿਆਂ ਵਾਂਗ, ਉਹ ਹਥਿਆਰ ਲੈ ਕੇ ਜਿਹੜਾ ਸਭ ਤੋਂ ਵੱਡਾ ਰੀਜ਼ਨ ਬਣਿਆ, ਜਿਹਨੇ ਪਹਿਲਾਂ ਮੁਸਲਮਾਨ ਕਤਲ ਕਰ ਦਿੱਤੇ ਇਹ ਕਹਿ ਕੇ ਕਿ ਇਹ ਗੌ ਹੱਤਿਆ, ਗੌ ਵੱਧ ਦੇ ਵਿੱਚ ਇਹਨਾਂ ਦਾ ਹੈ ਹਿੱਸਾ। ਔਰ ਨਾ ਹਰਿਆਣਾ, ਨਾ ਯੂਪੀ, ਨਾ ਰਾਜਸਥਾਨ, ਨਾ ਦਿੱਲੀ ਗੌਰਮੈਂਟ ਉਹਨੂੰ ਖੁੱਲ੍ਹਾ ਛੱਡਿਆ ਹੋਇਆ। ਬਹੁਤ ਸਾਰੇ ਮੁਸਲਿਮ ਭਾਈਚਾਰਿਆਂ ਨੇ ਉਹ ਇਹਦੇ ਅਗੇਂਸਟ ਧਰਨੇ ਮੁਜ਼ਾਹਰੇ ਇਹਦੀ ਗ੍ਰਿਫਤਾਰੀ ਨੂੰ ਲੈ ਕੇ। ਫਿਰ ਜਿਸ ਵੇਲੇ ਪਤਾ ਲੱਗਾ ਕਿ ਇਹ ਨੂੰਹ ਦੇ ਵਿੱਚੋਂ ਮੇਵਾਤ ਤੱਕ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਮਾਰਚ ਹੋਏਗਾ ਉਹਨੂੰ ਲੀਡ ਕਰੇਗਾ, ਦੈਨ ਦੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਨੇ ਫਿਰ ਐਡਮਿਨਿਸਟ੍ਰੇਸ਼ਨ ਇੱਧਰ ਉੱਧਰ, ਯਾਨੀ ਮਨੋਹਰ ਲਾਲ ਖੱਟੜ ਹੋਰੀ ਕਹਿੰਦੇ ਕਿ ਸਾਨੂੰ ਇਨਪੁਟਸ ਮਿਲ ਗਈਆਂ ਸੀਗੀਆਂ ਜੀ, ਵਿੱਚ ਹੋਰੀ ਗ੍ਰਹਿ ਮੰਤਰੀ ਨੇ ਉਹ ਕਹਿੰਦੇ ਇਨਪੁਟਸ ਮਿਲੀਆਂ ਨਹੀਂ, ਕੋਈ ਸਾਡੇ ਕੋਲ ਇਨਪੁਟਸ ਹੀ ਨਹੀਂ ਹੈ, CID ਦੀ ਕੋਈ ਇਨਪੁਟਸ ਨਹੀਂ ਹੈ। 2020 ਦੇ ਵਿੱਚ ਰੌਲਾ ਪਿਆ ਸੀ ਇਹਨਾਂ ਦਾ, ਜਿਹੜੀ CID ਆ ਉਹ ਗ੍ਰਹਿ ਵਿਭਾਗ ਨੂੰ ਸਿੱਧਾ ਸੰਬੋਧਨ ਨਹੀਂ ਕਰੇਗੀ। ਬਹੁਤ ਰੌਲਾ ਪਿਆ ਸੀਗਾ ਕਿ ਉਹ ਚੀਫ ਮਿਨਿਸਟਰ ਨੂੰ, CM ਆਫਿਸ ਨੂੰ, CM ਆਫਿਸ ਕਹਿੰਦਾ ਸਾਨੂੰ ਇਨਪੁਟਸ ਆਈਆਂ, DC ਨੇ, ਐਡਮਿਨਿਸਟ੍ਰੇਸ਼ਨ ਨੇ, ਦੋਵੇਂ ਭਾਈਚਾਰਿਆਂ ਨੂੰ ਬਿਠਾ ਕੇ ਮੀਟਿੰਗ ਕੀਤੀ ਹੈ, ਤੇ ਗ੍ਰਹਿ ਵਿਭਾਗ ਕਹਿੰਦਾ ਸਾਨੂੰ ਪਤਾ ਨਹੀਂ ਹੈ। ਯਾਨੀ ਤੁਸੀਂ ਕਿਹੜੀ ਦੰਦ ਕਿੱਧਰੋਂ ਫੜੋਗੇ? ਹੁਣ ਤੱਕ ਨੂੰ ਤੋਂ ਸ਼ੁਰੂ ਹੋਇਆ ਮੇਵਾਤ, ਮੇਵਾੜੀ, ਉਹ ਦਿੱਲੀ ਹਾਈਵੇ ਤੱਕ, ਔਰ ਸਾਰਾ ਕਿੱਥੇ ਕਿੱਥੇ ਅੱਗ ਜਲੀਆਂ, ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਮਸਜਿਦਾਂ ਨੂੰ ਅੱਗਾਂ ਲਾਈਆਂ, ਉਹ ਮੌਲਵੀ ਮਾਰਿਆ ਗਿਆ, 26 ਸਾਲ ਦੀ ਉਮਰ ਹੈ। ਔਰ ਫਿਰ ਉਹ ਦੋਵਾਂ ਧਿਰਾਂ ਵੱਲੋਂ ਹੀ, ਕੌਣ ਹੈ ਜਿਹੜਾ ਆਪਣੇ ਘਰ ਛੱਡ ਕੇ ਜਾਣਾ ਚਾਹੇਗਾ, ਕੌਣ ਹੈ ਜਿਹੜਾ ਇਹਨਾਂ ਅੱਗਾਂ ਦੇ ਵਿੱਚ ਮੱਚਣਾ ਚਾਹੇਗਾ? ਤੁਸੀਂ ਟਾਰਗੇਟ ਕਰਕੇ, ਔਰ ਇਹ ਸਾਰਾ ਏਜੰਡਾ 2024 ਦਾ, ਮੈਂ ਤੁਹਾਨੂੰ ਇਹ ਮੇਰੀ ਆਪਣੀ ਇੱਕ ਰਾਏ ਬਣੀ ਹੈ ਪੂਰੀ ਦੀ ਪੂਰੀ ਕਿ ਇਹ ਹੁਣ ਹਾਰੇ ਦਾ ਨਿਆਂ ਆ, ਕੋਈ ਕੰਮ ਹੋਇਆ ਨਹੀਂ, ਨਾ ਸੈਂਟਰ ਗੌਰਮੈਂਟ, ਆ ਡਬਲ ਇੰਜਣ ਸਰਕਾਰਾਂ ਨੇ ਦੋਵੇਂ ਥਾਂ, ਮਣੀਪੁਰ ਹਰਿਆਣਾ, ਕਹਿੰਦੇ ਡਬਲ ਇੰਜਣ ਸਰਕਾਰ ਦਿਓ। ਕੀ ਕਰਾਉਣਾ ਡਬਲ ਇੰਜਣ ਸਰਕਾਰ ਕੋਲੋਂ? ਨਾ ਕੇਂਦਰ ਨੂੰ ਪਤਾ ਸਟੇਟ 'ਚ ਕੀ ਹੋ ਰਿਹਾ, ਨਾ ਸਟੇਟ ਨੂੰ ਪਤਾ ਕੇਂਦਰ ਕੀ ਕਹਿ ਰਿਹਾ, ਨਾ ਕੇਂਦਰ ਸਟੇਟ ਦੇ ਵਿੱਚ ਭੇਜਣ ਡਿਆ ਕੋਈ ਕੋਈ ਰਾਹਤ। ਜਿਵੇਂ ਖੱਟੜ ਹੋਰੀ ਕਹਿੰਦੇ
ਰਾਜਸਥਾਨ ਪੁਲਿਸ ਫਰੀ ਆ, ਮੋਨੂ ਮਾਨੇ ਸਿਰ ਤੇ ਕੁਛ ਵੀ ਕਰ, ਤੇ ਤੁਸੀਂ ਕੀ ਹੈ? ਆ ਕੇ ਅੱਗਾਂ ਤਾਂ ਉਹਨੇ ਇੱਥੇ ਲਾਈਆਂ, ਹਿੰਸਾ ਤਾਂ ਇੱਥੇ ਭੜਕਾਈ ਹੈ। ਇਹ ਜਿਹੜੀ 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 ਸੰਪਰਦਾਇਕ ਹਿੰਸਾ ਹੈ, ਇਹ 2024 ਦਾ ਏਜੰਡਾ ਮੈਨੂੰ ਲੱਗਣ ਡਿਆ ਆ ਪੂਰੇ ਦਾ ਪੂਰਾ, ਕਿਉਂਕਿ ਉਹਨੂੰ 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 ਪੋਲਰਾਈਜੇਸ਼ਨ ਦੀ ਜਿਹੜੀ ਰਾਜਨੀਤੀ ਹੈ ਉਹ ਸਿੱਧੀ ਸਿੱਧੀ ਕੀਤੀ ਜਾ ਰਹੀ ਹੈ। ਹੁਣ ਕੀ ਹੈ ਜੀ, 27 ਜਗ੍ਹਾ ਤੇ ਰੈਲੀਆਂ ਕੱਢੀਆਂ ਜਾਣੀਆਂ ਨੇ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਉਹ ਥਾਵਾਂ ਨੇ ਜਿੱਥੇ ਮੁਸਲਿਮ ਬਹੁਤਾ ਦੀ ਗਿਣਤੀ ਹੈ, ਉਹ ਯੂਪੀ, ਦਿੱਲੀ, ਹਰਿਆਣਾ, ਇਹ ਸਾਰੇ ਦੇ ਸਾਰੇ ਏਰੀਆਸ ਦੇ ਵਿੱਚ ਜਿੱਥੇ ਮੁਸਲਿਮ ਬਹੁਤਾ, ਜਿੱਥੇ ਦੇਖੋ ਡਾਕਟਰ ਜਿੱਥੇ ਮਿੰਨੀ ਪਾਕਿਸਤਾਨ ਵੀ ਕਿਹਾ ਜਾਂਦਾ, ਉਸ ਏਰੀਆ ਨੂੰ ਸਪੈਸ਼ਲ ਟਾਰਗੇਟ ਕੀਤਾ ਜਾਂਦਾ ਨੈਚੁਰਲੀ, ਔਰ ਉਹਨਾਂ ਨੂੰ ਖੌਫ ਜ਼ਦਾ ਕਰਨਾ, ਉਹਨਾਂ ਨੂੰ ਦਹਿਸ਼ਤ ਜ਼ਦਾ ਕਰਨਾ। ਤੇ ਜੇ ਰੈਲੀਆਂ ਰੋਕਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਜੀ ਇਹ ਰੈਲੀਆਂ ਨਹੀਂ ਰੋਕੀਆਂ ਜਾ ਸਕਦੀਆਂ, ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ, ਪਰ ਹੇਟ ਸਪੀਚ ਨਹੀਂ ਹੋਣੀ ਚਾਹੀਦੀ, ਜਿੰਨੀਆਂ ਸਪੀਚਿਸ ਨੇ ਉਹ ਸਾਰੀਆਂ ਰਿਕਾਰਡ ਹੋਣੀਆਂ ਚਾਹੀਦੀਆਂ। ਕੇਂਦਰ ਨੇ 1000 ਦੇ ਕਰੀਬ ਉਹ ਟਰੂਪਸ ਜਿਹੜੇ ਆ ਉਹਦੇ ਨੂੰਹ ਦੇ ਵਿੱਚ ਇਕੱਲੇ ਦੇ ਵਿੱਚ 1000 ਦੇ ਕਰੀਬ ਉਹ ਨੀਮ ਫੌਜੀ ਬਲਾਂ ਦੇ ਨੌਜਵਾਨ ਲਾ ਦਿੱਤੇ, ਕਰਫਿਊ ਲੱਗਾ ਹੋਇਆ, 5 ਸੂਬਿਆਂ ਦੇ ਵਿੱਚ 144 ਲੱਗੀ ਹੋਈ ਹੈ, ਬੋਰਡ ਦੇ ਪੇਪਰ ਨੇ ਹਰਿਆਣਾ ਦੇ ਪੋਸਟ ਪਾਉਣ ਕਰ ਦਿੱਤੇ ਗਏ, ਸਕੂਲ ਕਈ ਜਗ੍ਹਾ ਬੰਦ ਕਰ ਦਿੱਤੇ ਗਏ, ਕਈ ਜਗ੍ਹਾ ਸਕੂਲ ਖੋਲਣ ਦੀਆਂ ਹਦਾਇਤਾਂ ਹੋ ਗਈਆਂ, 5 ਸੂਬਿਆਂ ਦੇ ਵਿੱਚ ਹੀ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਨੇ। ਸੋ ਜਦੋਂ ਇਹੋ ਜਿਹਾ ਮਰਹਲਾ ਆਵੇ, ਜਦੋਂ ਇਹੋ ਜਿਹੀ ਸੰਪਰਦਾਇਕ ਹਿੰਸਾ ਭੜਕਦੀ ਹੈ ਤਾਂ ਸਾਫ਼ ਸਾਫ਼ ਹੈ ਕਿ ਭਾਈ ਕੋਈ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਸੁੱਕ ਪੱਕੇ ਦੇ ਵਿੱਚ ਹੀ ਜਿਵੇਂ ਮੀਂਹ ਪੈਣ ਲੱਗ ਪੈਂਦਾ, ਉੱਠੇ ਆ, ਉੱਠ ਕੇ ਜੀ ਉਹ ਹਿੰਸਾ ਹੋ ਗਈ ਆ। ਉਹ ਜੀ ਮੁਸਲਿਮ ਭਾਈਚਾਰੇ ਨੇ ਵੀ ਇੱਟਾਂ ਵੱਟੇ ਰੱਖੇ ਹੋਏ ਸੀ, ਗੋਲੀਆਂ ਕਿੱਧਰੋਂ ਚੱਲੀਆਂ, 6 ਹੋ ਗਈ ਮਰਨ ਵਾਲਿਆਂ ਦੀ ਗਿਣਤੀ। ਸੋ ਇਟਸ ਹੋਰਿਬਲ ਸੀਨ ਇਨ ਦੀਸ ਡੇਜ਼। ਔਰ 2024 ਤੱਕ ਕਿਹੜੇ ਕਿਹੜੇ ਮਰਹਲਿਆਂ ਦੇ ਵਿੱਚੋਂ ਇਹਨਾਂ ਲੋਕਾਂ ਨੂੰ, ਘੱਟ ਗਿਣਤੀ ਲੋਕਾਂ ਨੂੰ ਲੰਘਣਾ ਪਏਗਾ, ਜਾਂ ਹਿੰਦੂਆਂ ਦੀ ਪੋਲਰਾਈਜੇਸ਼ਨ ਕਿਸ ਤਰੀਕੇ ਹੋਏਗੀ, ਜਾਂ ਉਹ ਕੀ ਉਹ ਇਸ ਗੱਲ ਨੂੰ ਸਮਝ ਪਾਉਣਗੇ ਜਿਹੜੇ ਲਿਬਰਲ ਹਿੰਦੂ ਨੇ ਕਿ ਭਾਈ ਸਾਨੂੰ ਕਿਸ ਪਾਸੇ ਨੂੰ ਲਾਇਆ ਜਾ ਸਕਦਾ। ਇੱਕ ਫੋਟੋ ਜਿਹੜੀ ਹੈ ਉਹ ਗੁਜਰਾਤ ਦੰਗਿਆਂ ਦੀ, ਔਰ ਕਹਿੰਦਾ ਕਿ ਦੰਗੇ ਸਾਨੂੰ ਦੰਗੇ ਹੀ ਬਣਾਉਂਦੇ ਨੇ, ਔਰ ਨਾਲ ਫਿਰ ਉਹ ਮੁੰਡਾ ਜਿਹੜਾ ਦੰਗੇ ਹੀ ਉਸ ਵੇਲੇ ਬਣਿਆ ਉਹਦੀ ਫੋਟੋ ਹੈ, ਉਹ ਜੁੱਤੀਆਂ ਦਾ ਕੰਮ ਕਰਦਾ ਹੈ, ਉਹ ਚੱਪਲਾਂ ਜੁੱਤੀਆਂ ਸੀਂਦਾ ਹੈ। ਉਹ ਕਹਿੰਦਾ ਜਦੋਂ ਸਾਡਾ ਕੋਈ ਕੁਝ ਬਣਨ ਦਾ ਦੌਰ ਸੀ ਅਸੀਂ ਦੰਗੇ ਹੀ ਬਣ ਗਏ, ਹੁਣ ਅਸੀਂ ਜੁੱਤੀਆਂ ਬਣਾਉਣ ਦੇ ਉੱਤੇ ਆ ਗਏ, ਇੰਨੇ ਜ਼ਿਆਦਾ ਅਸੀਂ ਇਹ ਕੀ ਖੱਟਿਆ। ਉਹਦੇ ਕਹਿਣ ਤੋਂ ਭਾਵ ਸੀ ਇਹ ਕੀ ਖੱਟਿਆ ਅਸੀਂ, ਉਹ ਪੁਲਵਾਮਾ ਹੋ ਜਾਂਦਾ, ਯਾਨੀ ਪੋਲਰਾਈਜੇਸ਼ਨ ਦੀ ਪੁਲਵਾਮਾ। ਇਹਨਾਂ ਦੇ ਹੀ ਰਾਜਪਾਲ ਸੱਤਿਆਪਾਲ ਮਲਿਕ ਹੋਰੀ ਕਹਿੰਦੇ ਕਿ ਫੌਜੀਆਂ ਦੀਆਂ ਲਾਸ਼ਾਂ ਤੇ 2019 ਦੀਆਂ ਚੋਣਾਂ ਲੜੀਆਂ ਗਈਆਂ ਸੀ, ਹੁਣ ਮੁਸਲਮਾਨਾਂ ਦੀਆਂ ਲਾਸ਼ਾਂ ਤੇ ਲੜਨੀਆਂ ਹੈ ਤੁਸੀਂ, ਹੁਣ ਘੱਟ ਗਿਣਤੀਆਂ ਦੇ ਲੜਨੀਆਂ ਹੈ ਤੁਸੀਂ, ਹੁਣ ਮਣੀਪੁਰ ਦੇ ਟ੍ਰਾਈਬਲਸ ਦੇ ਉੱਤੇ ਲੜਨੀਆਂ ਹੈ ਤੁਸੀਂ। ਤੋ ਇਟਸ ਹੋਰਿਬਲ ਸੀਨ ਰਾਈਟ ਨਾਓ। ਔਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ, ਆਪਣੇ ਦਰਸ਼ਕ ਜਿੰਨੇ ਵੀ ਨੇ ਯਾਰ, ਇਹਨਾਂ ਦੀ ਪੋਲੀਟਿਕਸ ਸਾਰੀ ਦੀ ਸਾਰੀ ਸਮਝੋ, ਕਿਹੜੀ ਪੋਲੀਟਿਕਸ ਆ, ਕਿਹੜੀ ਖੇਡ ਖੇਡ ਰਹੇ ਆ, ਕਿਵੇਂ ਭਾਈਚਾਰਿਆਂ ਦਾ ਆਪਸ ਵਿੱਚ ਹੀ ਉਹ 4 ਸੂਬੇ ਦੇਖੋ, ਇੱਕ ਦੋ ਦਿਨ ਦੇ ਵਿੱਚ ਹੀ 4 ਸੂਬੇ ਲਪੇਟ ਦੇ ਵਿੱਚ ਲੈ ਲੈ, ਉਹ ਬੁਰੀ ਤਰ੍ਹਾਂ ਦੇ ਨਾਲ ਲੈ ਲੈ, ਇੱਕਦਮ ਇੱਦਾਂ ਕਿੱਦਾਂ ਭਗਵਾਂ ਹੋ ਗਿਆ ਸਾਰੇ ਦਾ ਸਾਰਾ, ਇੱਕਦਮ ਕਿਵੇਂ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਬਣਾ ਦਿੱਤਾ। ਹੁਣ ਉਹ ਝੁੱਗੀਆਂ ਝੌਂਪੜੀਆਂ 'ਚ ਉਹਨਾਂ ਨੂੰ ਬਾਹਰ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਨੇ, ਉਹ ਜਾ ਰਹੇ ਨੇ, ਪਲਾਇਨ ਕਰ ਰਹੇ ਨੇ, ਉਹਨਾਂ ਦੇ ਅੱਗਾਂ ਲਾ ਰਹੇ ਨੇ, ਕਿੱਥੇ ਨੈਸ਼ਨਲ ਹਾਈਵੇ ਉਹ ਹਯਾਤ ਹੋਟਲ ਦੇ ਲਾਗੇ ਕਿਵੇਂ ਉਹ ਸਾਰੀ ਦੁਕਾਨਾਂ ਭੰਨ ਦਿੱਤੀਆਂ, ਅੱਗਾਂ ਲਾ ਦਿੱਤੀਆਂ, ਗੱਡੀਆਂ ਕਿੰਨੀਆਂ ਫੂਕੀਆਂ, ਜ਼ਖਮੀ ਕਿੰਨੇ ਹੋਏ। ਔਰ ਉਹ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਕੇਸਿਸ ਨੂੰਹ ਦੇ ਵਿੱਚ FIR ਲਾਂਚ ਹੋਈਆਂ, ਮੇਵਾਤ ਦੇ ਵਿੱਚ ਲਾਂਚ ਹੋਈਆਂ, ਹੋਰ ਆਲੇ ਦੁਆਲੇ ਜਿਹੜੇ ਹੈ ਉਹ ਲਾਂਚ, ਬਟ ਉਹਨਾਂ ਦਾ ਕੋਈ ਫਾਇਦਾ ਨਹੀਂ ਆ। ਜਦੋਂ ਅਸੀਂ ਇੰਨਾ ਖੁੱਲ ਦੇ ਦਿੱਤੀ ਕਿ ਭਾਈ ਤੁਸੀਂ ਜਿੱਥੇ ਜਾਣਾ ਜੋ ਕਰਨਾ ਕਰੋ, ਔਰ ਹਰਿਆਣਾ ਦੇ ਵਿੱਚ ਵੀ BJP ਦੀ ਸਰਕਾਰ ਹੈ, ਮਨੋਹਰ ਲਾਲ ਖੱਟਰ ਬੁਰੀ ਤਰ੍ਹਾਂ ਫੇਲ ਹੋਇਆ ਹੋਇਆ
मुख्यमंत्री है पर आले दुआले भी जिवें मैं पहला गया कि राजस्थान मोनू मनेसर जो मर्जी कर दे फ्री है भाई खट्टर क्यों नहीं फ्री खट्टर दे सूबे दे विच सारा कुछ हुंदा मोनू मनेसर बजरंगी जड़े ने ओह सारे दे सारे आउंदे ने चिंजड़ी छेड़दे ने लोगां नूं परेशान करदे ने सच धक्कदे ने अग च धक्कदे ने तां उहदा जिम्मेवार कौन है ਉਹ ਜ਼ਿੰਮੇਵਾਰੀ ਲੈਣ ਲਈ ਕੋਈ ਵੀ ਤਿਆਰ ਨਹੀਂ ਡਾਕਟਰ ਸਾਹਿਬ ਸਟੇਟ ਬਹੁਤ ਵੱਡੀ ਚੀਜ਼ ਹੁੰਦੀ ਹੈ ਸਟੇਟ ਕੋਲ ਬਿਊਰੋਕਰੇਸੀ ਹੁੰਦੀ ਹੈ ਪਾਵਰ ਹੁੰਦੀ ਹੈ ਆਪਣੀ ਮਸ਼ੀਨਰੀ ਹੁੰਦੀ ਹੈ ਸਟੇਟ ਕੋਲ ਸਭ ਤੋਂ ਵੱਡੀ ਗੱਲ ਕਿ ਇੰਟੈਲੀਜੈਂਸ ਹੁੰਦੀ ਹੈ ਸਟੇਟ ਕੋਲ ਕਿ ਕੋਈ ਵੀ ਜਦੋਂ ਘਟਨਾ ਵਾਪਰਨੀ ਹੁੰਦੀ ਹੈ ਪਹਿਲਾਂ ਇੰਟੈਲੀਜੈਂਸ ਰਿਪੋਰਟਸ ਹੁੰਦੀਆਂ ਨੇ ਇੰਨਾ ਕੁਛ ਹੋਣ ਦੇ ਬਾਵਜੂਦ ਕਿਵੇਂ ਸਰਕਾਰ ਫੇਲ ਰਹਿ ਸਕਦੀ ਹੈ ਕੋਈ ਨਹੀਂ ਮਨਸ਼ਾ ਨਹੀਂ ਹੈ ਤੁਸੀਂ ਦੇਖੋ ਨਾ ਕਿ ਸੀ ਐਮ ਹਾਊਸ ਕਹਿ ਰਿਹਾ ਕਿ ਸਾਨੂੰ ਇਨਪੁਟਸ ਮਿਲ ਗਈਆਂ ਸੀ ਨੂੰ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀ ਸੀ ਨੇ ਦੋਵੇਂ ਧਿਰਾਂ ਨਾਲ ਬੈਠ ਕੇ ਮੀਟਿੰਗ ਕਰ ਲਈ ਸੀ ਹੁਣ ਆਹ ਸਾਰਾ ਅੱਗਜਨੀ ਅਤੇ ਹੋਰ ਜ਼ਿੰਮੇਵਾਰੀ ਸੀ ਐਮ ਦੇ ਨਾਲ ਨਾਲ ਗ੍ਰਹਿ ਮੰਤਰੀ ਦੀ ਹੁੰਦੀ ਹੈ ਗ੍ਰਹਿ ਮੰਤਰੀ ਕਹਿੰਦਾ ਕਿਹਨੂੰ ਦਿੱਤਾ ਸੀ ਆਈ ਡੀ ਨੇ ਇਨਪੁਟਸ ਸਾਡੇ ਕੋਲ ਤਾਂ ਆਈਆਂ ਨੇ ਯਾਰ ਐਂ ਸਟੇਟਾਂ ਚੱਲਦੀਆਂ ਨੇ ਐਂ ਚੱਲਦੀਆਂ ਸਟੇਟਾਂ ਵੀ ਗ੍ਰਹਿ ਮੰਤਰੀ ਨੂੰ ਹੁਣ ਤੱਕ ਨਹੀਂ ਪਤਾ ਅੱਛਾ ਫਿਰ ਹੋਰ ਦੇਖੋ ਅਨਿਲ ਵਿੱਚ ਸਾਹਿਬ ਸਾਡੇ ਸਾਹਿਬ ਬਹਾਦਰ ਗ੍ਰਹਿ ਮੰਤਰੀ ਜਿਹੜੇ ਆ ਉਹ ਬੀਬੀਆਂ ਦਾੜੀਆਂ ਹਰਿਆਣੇ ਦੇ ਉਹ ਕਹਿੰਦੇ ਜੀ ਮਨੀ ਮਨੇਸਰ ਨੇ ਸਿਰਫ ਉਹਨੇ ਹੇਟ ਸਪੀਚ ਕੋਈ ਨਹੀਂ ਦਿੱਤੀ ਉਹਨੇ ਕੋਈ ਦੰਗਿਆਂ ਲਈ ਨਹੀਂ ਭੜਕਾਹਟ ਪੈਦਾ ਕੀਤੀ ਉਹਨੇ ਕੋਈ ਹੋਰ ਨਹੀਂ ਉਹਨੇ ਜੀ ਉਹ ਮੁਜ਼ਾਹਰੇ 'ਚ ਆਉਣ ਲਈ ਆਹਵਾਨ ਕੀਤਾ ਸੀ ਉਹ ਭਾਈ ਪਹਿਲਾਂ ਹੀ ਜਿਹੜਾ ਮੁਸਲਿਮ ਭਾਈਚਾਰੇ ਦਾ ਕਾਤਲ ਹੈ ਜਿਹਨੂੰ ਤੁਸੀਂ ਅੱਜ ਤੱਕ ਹੱਥ ਨਹੀਂ ਲਾ ਸਕੇ ਜਿਹੜਾ ਨੰਗੇ ਚਿੱਟੇ ਐਡੇ ਵੱਡੇ ਵੱਡੇ ਹਥਿਆਰ ਆਧੁਨਿਕ ਹਥਿਆਰ ਲੈ ਕੇ ਘੁੰਮ ਰਿਹਾ ਆ ਤੁਹਾਨੂੰ ਦੰਦੀਆਂ ਚੜਾਉਂਦਾ ਹੈ ਤੁਹਾਨੂੰ ਮੰਨਣ ਲਈ ਤਿਆਰ ਨਹੀਂ ਉਹ ਤੁਸੀਂ ਉਹਦੀ ਇਹ ਆਹਵਾਨ ਕੀ ਹੁੰਦਾ ਬਈ ਇਹ ਉਹਨੇ ਆਹਵਾਨ ਦੇਣੇ ਹੈ ਤੇ ਤੁਸੀਂ ਕੀ ਕਰਦੇ ਆ ਗ੍ਰਹਿ ਮੰਤਰਾਲੇ ਕੀ ਕਰਦਾ ਹੈ ਜੇ ਆਹਵਾਨ ਹੀ ਇੱਦਾਂ ਦੇ ਗੁੰਡਿਆਂ ਨੇ ਦੇਣੇ ਆ ਆਰ ਐਸ ਐਸ ਨਾਲ ਜੁੜਿਆ ਹੋਇਆ ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜਿਆ ਹੋਇਆ ਭਾਈ ਉਹ ਜਿੰਨਾ ਉਹਦੇ ਆਲੇ ਦੁਆਲੇ ਦਾ ਉਹ ਚੱਕਰ ਹੈ ਮੈਂ ਹਿੰਦੁਸਤਾਨ ਟਾਈਮ ਦੇ ਵਿੱਚ ਪੜ੍ਹ ਰਿਹਾ ਸੀ ਮੈਂ ਦੰਗ ਰਹਿ ਗਿਆ ਯਾਰ ਐਂ ਇਹ ਛੱਡੇ ਜਾਂਦੇ ਨੇ ਗੁੰਡੇ ਕਿ ਭਾਈ ਕੱਲ੍ਹ ਨੂੰ ਜਦੋਂ ਲੋੜ ਪਈ ਵੋਟਾਂ ਦੀ ਰਾਜਨੀਤੀ ਦੀ ਲੋੜ ਪਈ ਤਾਂ ਇਹਨਾਂ ਦੇ ਕੋਲੋਂ ਕੰਮ ਲਵਾਂਗੇ ਆਪਾਂ ਕਾਹਦਾ ਦੰਗਿਆਂ ਦਾ ਕੰਮ ਲਵਾਂਗੇ ਕਿਉਂਕਿ ਇਹਨਾਂ ਨੂੰ ਦੇਖ ਕੇ ਲੋਕ ਭੜਕਣਗੇ ਭਾਈਚਾਰੇ ਨੂੰ ਕਤਲ ਕੀਤਾ ਇਹ ਜਿਹੜਾ ਸਾਡੇ ਭਾਈਚਾਰੇ ਨੂੰ ਪਰੇਸ਼ਾਨ ਕਰ ਰਿਹਾ ਉਹਦਾ ਹੀ ਸ਼ਕਲ ਦੇਖ ਕੇ ਉਹਦਾ ਨਾਂ ਸੁਣ ਕੇ ਭੜਕਾਹਟ ਪੈਦਾ ਹੋਏਗੀ ਸੰਪਰਦਾਇਕ ਦੰਗੇ ਪੈਦਾ ਹੋਣਗੇ ਸੰਪਰਦਾਇਕ ਦੰਗੇ ਪੈਦਾ ਕਰ ਦਿੱਤੇ ਤੁਸੀਂ ਮਣੀਪੁਰ ਦੀ ਗੱਲ ਕਰਦੇ ਸੀਗੇ ਉਹ ਸੇਕ ਬਹੁਤ ਵੱਡਾ ਸੇਕ ਸੀ ਵਿਸ਼ਵ 'ਚ ਤੋਏ ਤੋਏ ਹੋਈ ਮਾਨਯੋਗ ਸੁਪਰੀਮ ਕੋਰਟ ਨੇ ਲਾਹਣਤਾਂ ਪਾਈਆਂ ਜੇ ਚੱਪਣੀ 'ਚ ਨੱਕ ਡੋਬ ਕੇ ਮਰ ਜਾਵੇ ਸਰਕਾਰ ਕੇਂਦਰ ਵੀ ਤੇ ਸਟੇਟ ਦੀ ਵੀ ਇਹ ਵੀ ਹੁਣ ਚੱਪਣੀ 'ਚ ਨੱਕ ਡੋਬਣ ਵਾਲੀ ਗੱਲ ਹੈ ਇਹ ਜਿਹੜਾ ਹਰਿਆਣੇ ਦਾ ਇਹ ਚੱਪਣੀ 'ਚ ਨੱਕ ਡੋਬ ਕੇ ਮਨ ਡਬਲ ਇੰਜਣ ਕਿਹੜਾ ਤੁਹਾਡਾ ਡਬਲ ਇੰਜਣ ਬਈ ਜਿੱਥੇ ਤੁਹਾਡੇ ਹੱਥ ਖੜੇ ਆ ਜਿੱਥੇ ਅੱਛਾ ਹੋਰ ਹੈਰਾਨੀ ਦੀ ਗੱਲ ਬਲਜਿੰਦਰ ਮੈਨੂੰ ਸ਼ਰਮ ਆਈ ਮੈਂ ਸਾਡੇ ਪ੍ਰਧਾਨ ਮੰਤਰੀ ਦਾ ਬਿਆਨ ਪੜ੍ਹ ਰਹੇ ਹਾਂ ਸ਼ਰਮ ਆਈ ਉਹ ਦੰਗੇ ਹੋਣ ਡਏ ਆ ਉਹ ਕਹਿੰਦਾ 30 ਅਗਸਤ ਨੂੰ ਰੱਖੜੀ ਜਿਹੜੀ ਆ ਉਹ ਸੰਘ ਵਾਲੇ ਉਹ ਭਾਜਪਾ ਵਾਲੇ ਉਹ NDA ਵਾਲੇ ਉਹ ਜਾਣ ਮੁਸਲਿਮ ਭੈਣਾਂ ਕੋਲੋਂ ਰੱਖੜੀ ਬਣਾਉਣ ਰਕਸ਼ਾ ਬੰਧਨ ਉਹਨਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਮੁਸਲਿਮ ਭੈਣਾਂ ਦੇ ਉਹ ਆ ਜਿੱਥੇ ਇੱਜ਼ਤਾਂ ਲੁੱਟ ਰਹੀਆਂ ਜਿੱਥੇ ਅੱਗਾਂ ਲੱਗ ਰਹੀਆਂ ਜਿੱਥੇ ਮਾਰੇ ਜਾ ਰਹੇ ਜਿੱਥੇ ਉਹਨਾਂ ਦਾ ਸਾਰੀਆਂ ਗੱਡੀਆਂ ਫੂਕ ਦਿਓ ਦੁਕਾਨਾਂ ਫੂਕ ਦਿਓ ਹਿਜਰਤ ਕਰਨ ਲਈ ਮਜਬੂਰ ਕਰ ਦਿਓ ਉਹ ਰੱਖੜੀ ਆਹ ਕੀ ਪਖੰਡ ਹੈ ਬਈ ਇਹ ਕੀ ਪਖੰਡ ਹੈ ਉਹ ਤਾਂ ਮੰਨਦੇ ਨਹੀਂ ਆ ਰੱਖੜੀ ਰੁੱਖੜੀ ਨੂੰ ਤੁਸੀਂ ਰੱਖੜੀ ਲੈ ਕੇ ਕੀ ਕਰਨ ਜਾਓਗੇ ਉਹਨਾਂ ਦੇ ਪਹਿਲਾਂ ਹਥਿਆਰ ਲੈ ਕੇ ਜਾਓਗੇ ਫਿਰ ਰੱਖੜੀਆਂ ਲੈ ਕੇ ਛੁਰੇ ਲੈ ਕੇ ਜਾਓਗੇ ਤਰਸ਼ੂਲ ਲੈ ਕੇ ਜਾਓਗੇ ਤੇ ਤੁਹਾਡੇ ਕਹਿਣ ਤੇ ਫਿਰ ਉਹ ਰੱਖੜੀਆਂ ਲੈ ਕੇ ਜਾਣਗੇ ਉਹ ਬੇਵਕੂਫ ਨੇ ਮੋਰੇ ਸਿਰਫ ਮਾਇਨੋਰਿਟੀ ਹੋਣਾ ਮੁਸਲਿਮ ਹੋਣਾ ਉਹਨਾਂ ਵਾਸਤੇ ਜਿਹੜਾ ਹੈ ਉਹ ਭਾਰਤੀ ਨਾ ਹੋਣਾ ਹੋ ਗਿਆ ਇਹ ਪਖੰਡ ਜਿਹੜਾ ਹੈ ਨਾ ਇਹ ਪਖੰਡ ਦੇ ਖਿਲਾਫ ਲੋਕਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਜਦੋਂ ਇਹਨਾਂ ਦਾ ਕਿਸੇ ਪਾਸੇ ਨਹੀਂ ਚੱਲਦਾ ਫਿਰ ਪੋਲਰਾਈਜੇਸ਼ਨ ਦੀ ਰਾਜਨੀਤੀ ਸੰਪਰਦਾਇਕ ਦੰਗਿਆਂ ਦੀ ਰਾਜਨੀਤੀ ਅਜੇ ਗੁਜਰਾਤ ਭੁੱਲ ਗਿਆ ਸਾਨੂੰ ਅੱਜ ਦਿੱਲੀ ਭੁੱਲ ਗਈ ਦੰਗੇ
ਆ ਨਵੇਂ ਸਿਰਿਆਂ ਤੋਂ ਹੀ ਛੇੜ ਦਿੱਤੇ ਹੈ ਔਰ ਏਡੇ ਭਿਅੰਕਰ ਕਿਸਮ ਦੇ ਨੇ ਇਹ ਛੁੱਟੇ ਆ ਕੇ ਨਹੀਂ ਦੇਖਣ ਵਾਲੇ ਇਹ ਪੂਰਾ ਵਿਸ਼ਵ ਇਹਨਾਂ ਨੂੰ ਦੇਖ ਰਿਹਾ ਹੈ ਪੂਰਾ ਭਾਰਤ ਦੇਖ ਰਿਹਾ ਹੈ ਏਰੀਏ ਜਾਣੇ ਜਾਂਦੇ ਸੀ ਉਸ ਚੀਜ਼ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਸੀ ਪਰ ਕਿਹੜੇ ਪਾਸੇ ਪੈ ਗਏ ਲੋਕ ਨੁਕ ਸਾਹਿਬ ਜੀ ਇਹਨਾਂ ਦਾ ਕੋਈ ਮਸਲਾ ਹੀ ਹੋਰ ਨਹੀਂ ਹੈ ਇਹਨਾਂ ਦਾ ਮਸਲਾ ਡਿਵੈਲਪਮੈਂਟ ਨਹੀਂ ਹੈ ਮਸਲਾ ਗੁਰਜਿੰਦਰ ਸਿੰਘ ਡਿਵੈਲਪਮੈਂਟ ਹੁੰਦਾ ਤਾਂ ਫਿਰ ਇਹਨਾਂ ਏਰੀਆਸ ਦੇ ਵਿੱਚ ਇਹੋ ਜਿਹੀ ਭੜਕਾਹਟ ਸੰਪਰਦਾਇਕ ਭੜਕਾਹਟ ਨਾ ਪੈਦਾ ਕਰਦੇ ਅਸੀਂ ਦੇਖਿਆ ਕਿ ਜਿਹਨਾਂ ਜਿਹਨਾਂ ਇੱਥੇ ਔਰ ਕਾਰੀਗਰੀ ਕਿਹਨਾਂ ਕੋਲ ਹੈ ਮੁਸਲਿਮ ਭਾਈਚਾਰੇ ਕੋਲ ਕਾਰੀਗਰੀ ਆ ਫਿਰ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਮਤਲਬ ਇੰਨਾ ਜ਼ਿਆਦਾ ਯਾਰ ਗੋਲੀ ਬਾਰੂਦ ਇੱਟਾਂ ਵੱਟੇ ਅੱਗਾਂ ਹੋਰ ਸਾਰੇ ਦਾ ਸਾਰਾ ਸੋ ਦੇ ਹੈਵਨ ਐਨੀ ਏਜੰਡਾ ਆਫ ਪ੍ਰੋਗਰੈਸ ਸਟੇਟ ਦੀ ਪ੍ਰੋਗਰੈਸ ਦਾ ਏਜੰਡਾ ਉਹਨਾਂ ਕੋਲ ਨਹੀਂ ਹੈ ਕੋਈ ਵੀ ਉਹਨਾਂ ਕੋਲ ਆ 2024 ਦੀਆਂ ਚੋਣਾਂ ਕਿੱਦਾਂ ਜਿੱਤਣੀਆਂ ਉਹਨਾਂ ਕੋਲ ਆ ਹਰਿਆਣੇ ਦੀਆਂ ਚੋਣਾਂ ਕਿੱਦਾਂ ਜਿੱਤਣੀਆਂ ਆ ਉਹਨਾਂ ਕੋਲ ਡਿਵੈਲਪਮੈਂਟ ਦਾ ਕੋਈ ਏਜੰਡਾ ਨਹੀਂ ਆ ਉਹਨਾਂ ਕੋਲ ਆ ਘੱਟ ਗਿਣਤੀ ਨੂੰ ਡਰਾ ਕੇ ਕਿੱਦਾਂ ਰੱਖਣਾ ਉਹਨਾਂ ਕੋਲ ਆ ਕਿਸਾਨਾਂ ਨੂੰ ਕਿਵੇਂ ਡਰਾਉਣਾ ਹੈ ਉਹਨਾਂ ਕੋਲ ਆ ਜਾਟ ਵਰਸਿਸ ਅਦਰਸ ਕਿੱਦਾਂ ਕਰਨੀਆਂ ਆ ਉਹਨਾਂ ਦੇ ਕੋਲ ਜਿਹੜੇ ਏਜੰਡੇ ਨੇ ਨਾ ਉਹ ਇੱਕ ਨੁਕਾਤੀ ਨੇ ਉਹ ਡਿਵੈਲਪਮੈਂਟ ਦੇ ਏਜੰਡੇ ਨਹੀਂ ਹੈਗੇ ਅੱਜ ਤੱਕ ਕੀ ਹਰਿਆਣੇ ਨੇ ਕਰ ਲਿਆ ਖੱਟਰ ਹੋਰਾਂ ਦੀ ਸਰਕਾਰ ਦੇ ਵਿੱਚ ਲੱਭਦਾ ਹੈ ਕੁਛ ਕਿਤੇ ਨਹੀਂ ਲੱਭਦਾ ਓਦਾਂ ਹੀ ਕਿਸਾਨ ਮਰ ਰਹੇ ਨੇ ਓਦਾਂ ਹੀ ਮੱਕੀ ਦੇ ਭਾਅ ਲਈ ਲੜ ਰਹੇ ਨੇ ਉਵੇਂ ਹੀ ਸਾਰਾ ਹੋ ਰਿਹਾ ਤੁਸੀਂ ਦੱਸਿਆ ਸਾਰੀ ਇੰਡਸਟਰੀਲਾਈਜ਼ਡ ਏਰੀਆ ਆ ਇੰਡਸਟਰੀਅਲ ਏਰੀਆ ਆ ਜਿਹਦੇ ਵਿੱਚ ਡਿਵੈਲਪਮੈਂਟ ਆਉਣੀ ਹੁੰਦੀ ਆ ਹਰਿਆਣੇ ਦੀ ਉਹ ਕਿੱਥੇ ਗੁਰੂਗ੍ਰਾਮ ਤੱਕ ਕਿੱਥੇ ਤਾਂ ਅਸੀਂ ਸਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਸਾਰੇ ਦੇਸ਼ ਡਿਪੈਂਡ ਕਰ ਰਹੇ ਆ ਨੋਇਡਾ ਗੁਰੂਗ੍ਰਾਮ ਹੋਰ ਆਲੇ ਦੁਆਲੇ ਜਿੰਨਾ ਆਈ ਟੀਜ ਦਾ ਸਾਰਾ ਕੰਮ ਚੱਲਦਾ ਆ ਤੇ ਕਿੱਥੇ ਉੱਥੇ ਦੰਗੇ ਸੰਪਰਦਾਇਕ ਦੰਗੇ ਹਿੰਸਾ ਅੱਗ ਜਣੀ ਗੋਲੀਆਂ 144 ਔਰ ਇੰਟਰਨੈਟ ਸੇਵਾਵਾਂ ਬੰਦ ਜਿਹੜਾ ਸਹੀ ਸਾਰਾ ਇੰਟਰਨੈਟ ਦੇ ਉੱਤੇ ਏਰੀਆ ਕੰਮ ਕਰਨ ਵਾਲਾ ਉੱਥੇ ਦੇ 5 ਡਿਸਟ੍ਰਿਕਟ ਦੇ ਵਿੱਚ ਇੰਟਰਨੈਟ ਸੇਵਾਵਾਂ ਹੀ ਬੰਦ ਹੈ ਹੁਣ ਆ 27 ਜਗ੍ਹਾ ਹੋਰ ਜਿੱਥੇ ਰੈਲੀਆਂ ਕੱਢੀਆਂ ਜਾਣੀਆਂ ਨੇ ਪਤਾ ਨਹੀਂ ਭੜਕ ਨੂੰ ਕੀ ਹੋਣਾ ਕੀ ਨਹੀਂ ਹੋਣਾ ਕਿਉਂਕਿ ਫਿਰ ਜੇ ਮੂਹਰਿਓ ਤਾਂ ਵੰਗਾਂ ਕਿਸੇ ਨੇ ਵੀ ਨਹੀਂ ਪਾਈਆਂ ਹੁੰਦੀਆਂ ਜਦੋਂ ਤੁਹਾਡੇ ਮੌਤ ਹੀ ਗਲ ਪੈ ਗਈ ਹੈ ਫਿਰ ਤੁਸੀਂ ਕਿੱਧਰ ਜਾਓਗੇ ਔਰ ਉਹ ਅਜੇ ਕੋਈ ਕੋਈ ਭੇਦ ਨਹੀਂ ਹੈ ਕੋਰਟ ਨੂੰ ਇਹ ਕਹਿ ਦਿੱਤਾ ਗਿਆ ਕਿ ਭਾਈ ਹੇਟ ਸਪੀਚ ਨਹੀਂ ਹੋਣ ਦਿੱਤੀ ਜਾਊਗੀ ਹੇਟ ਸਪੀਚ ਹੋਣ ਦਾ ਮਤਲਬ ਕੀ ਹੁੰਦਾ ਭਾਈ ਹੇਟ ਸਪੀਚ ਹੀ ਹੈ ਜਦੋਂ ਤੁਸੀਂ ਨਿਕਲ ਤੁਰੇ ਜਦੋਂ ਤੁਸੀਂ ਬਜਰੰਗ ਦਲ ਬਣ ਕੇ ਵਿਸ਼ਵ ਹਿੰਦੂ ਪਰਿਸ਼ਦ RSS ਬਣ ਕੇ ਨਿਕਲ ਤੁਰੇ ਇਹ ਹੇਟ ਹੀ ਹੈ ਇਹ ਤਿੰਨੇ ਚੀਜ਼ਾਂ ਦਾ ਨਾਂ ਹੀ ਹੇਟ ਹੈ ਮੈਂ ਤਾਂ ਕਹਿੰਦਾ ਇਹ ਨਫ਼ਰਤ ਹੀ ਹੈ ਇਹ ਨਾਂ ਹੀ ਨਫ਼ਰਤ ਹੈ ਇਹਨਾਂ ਦਾ ਕੋਈ ਏਜੰਡਾ ਹੋਰ ਨਹੀਂ ਹੈ ਸਿਰਫ ਨਫ਼ਰਤ ਏਜੰਡਾ ਆ ਇਹ ਧਰਮ ਦੇ ਨਾਂ ਤੇ ਸੰਪਰਦਾਇਕਤਾ ਦੇ ਨਾਂ ਤੇ ਸਿੱਧੇ ਸਿੱਧੇ ਲੋਕਾਂ ਨੂੰ ਪਾੜ ਕੇ ਰੱਖਣ ਦਾ ਨਾਂ ਹੈ ਨਾਲ ਦੇ ਸੂਬਿਆਂ ਦੇ ਵਿੱਚ ਵੀ ਅਲਰਟ ਜਾਰੀ ਕਰਤਾ ਜਿਵੇਂ ਦਿੱਲੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਉੱਤਰ ਪ੍ਰਦੇਸ਼ ਦੀ ਗੱਲ ਚੱਲੀ ਹੈ ਕਿ ਉੱਥੇ ਵੀ ਹਾਈ ਅਲਰਟ ਜਾਰੀ ਕਰਤਾ ਜੀ ਐਵਰੀਵੇਅਰ ਹਾਈ ਅਲਰਟ ਦਾ ਮਤਲਬ ਕੀ ਆ ਕਿ ਇਹ ਸਾਰਾ ਪਲੈਨਡ ਹੈ ਪੱਕੇ ਤੌਰ ਦੇ ਉੱਤੇ ਪਲੈਨਡ ਹੈ ਜਾਂ ਉੱਥੇ ਉੱਥੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅੱਗਾਂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਲੋਕਾਂ ਨੂੰ ਆਪਸ ਵਿੱਚ ਹੀ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਲਰਟ ਦਾ ਤਾਂ ਮਤਲਬ ਇਹ ਹੈ ਨਾ ਵੀ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਮੈਂ 27 ਥਾਵਾਂ ਦਾ ਟਰੇਸ ਕਰਕੇ ਅੱਜ ਨਿਊਜ਼ ਦੇ ਵਿੱਚ ਵੀ ਆਇਆ ਹੋਇਆ ਹੈ ਉਹ 27 ਥਾਵਾਂ ਦੇ ਉੱਤੇ ਹੀ ਹੋ ਸਕਦਾ ਉਹ ਇਹਨਾਂ 4-5 ਸੂਬਿਆਂ ਦੇ ਵਿੱਚ ਦਿੱਲੀ ਯੂਪੀ ਰਾਜਸਥਾਨ ਹਰਿਆਣਾ ਇਹ 4-5 ਸਾਰੇ ਸੇਖ ਮੈਂ ਹੈਰਾਨ ਸੀ ਕੁਛ ਦੋਸਤਾਂ ਨੇ ਵੀਡੀਓਜ਼ ਪਾਈਆਂ ਹੋਈਆਂ ਸੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਦੀਆਂ ਜੇ ਦਿੱਲੀ ਜਾਣਾ ਤੁਸੀਂ ਤਾਂ ਅਜੇ 2-4 ਦਿਨ ਅਟਕ ਲਓ ਉੱਥੇ ਬਹੁਤ ਹਾਲਾਤ ਮਾੜੇ ਨੇ ਉੱਥੇ ਗੋਲੀ ਚੱਲ ਰਹੀ ਹੈ ਉੱਥੇ ਤਾਂ ਪੰਜਾਬ ਵੀ ਆ ਗਿਆ ਲਪੇਟ ਦੇ ਵਿੱਚ ਪੰਜਾਬ ਸੰਪਰਦਾਇਕ ਦੰਗਿਆਂ ਤੋਂ ਬਚਿਆ ਰਹਿੰਦਾ ਹੈ ਪਰ ਲਪੇਟ 'ਚ ਤਾਂ ਆ ਗਿਆ ਨਾ ਉਹ ਉੱਧਰ ਨੂੰ ਜਾਂਦੇ ਡਰਨਗੇ ਉਹ ਕਿਹਨਾਂ ਕੋਲੋਂ ਡਰਨਾ ਹੈ ਮੁਸਲਿਮ ਕੋਲੋਂ ਡਰਨਾ ਹੈ ਉਹ ਵਿਸ਼ਵ ਹਿੰਦੂ ਵਾਲਿਆਂ ਕੋਲੋਂ ਡਰਨਾ ਹੈ ਉਹ ਬਜਰੰਗੀ ਬਜਰੰਗ ਦਲ ਵਾਲਿਆਂ ਕੋਲੋਂ ਡਰਨਾ ਹੈ
ਉਹ ਸੰਘ ਵਾਲਿਆਂ ਕੋਲੋਂ ਡਰਨਾ ਹੈ। ਸੋ ਇਹ ਸਾਰੇ ਦਾ ਸਾਰਾ ਇਹਨਾਂ ਇਹਨਾਂ ਸੂਬਿਆਂ ਨੂੰ ਆਪਣੇ ਚਿੱਤੋਂ ਤਾਂ ਅਲਰਟ ਕਰਨ ਦੀ ਲੋੜ ਆ, ਆਪਣੇ ਚਿੱਤੋਂ ਤਾਂ ਉਹ ਦੂਸਰਾ ਦਿਖਾਵਾ ਕੋਈ ਹੋਰ ਕਰ ਰਹੇ ਨੇ, ਪਰ ਇੱਥੇ ਸੰਪਰਦਾਇਕ ਦੰਗਿਆਂ ਦੀਆਂ ਸੰਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੈਗੀਆਂ। ਇਹਦੀ ਨਿਸ਼ਾਨਦੇਹੀ ਇਹਨਾਂ ਗੱਲਾਂ ਤੋਂ, ਸਰਕਾਰਾਂ ਦੀਆਂ ਗੱਲਾਂ ਤੋਂ ਕੀਤੀ ਜਾ ਸਕਦੀ ਹੈ, ਪਰ ਸਾਡੇ ਭਾਈਚਾਰਿਆਂ ਨੂੰ, ਸਾਡੇ ਲੋਕਾਂ ਨੂੰ, ਸਾਡੇ ਆਵਾਮ ਨੂੰ ਇਹਨਾਂ ਦੀ ਇਸ ਪੋਲਿਟਿਕਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਸਾਨੂੰ ਸੰਪਰਦਾਇਕ ਦੰਗੇ, ਭਾਰਤ ਨੂੰ ਸੰਪਰਦਾਇਕ ਦੰਗੇ ਸੂਟ ਨਹੀਂ ਕਰਦੇ। ਭਾਰਤ ਦਾ ਲੱਕ ਟੁੱਟਾ ਹੋਇਆ, ਪੰਜਾਬ ਦਾ ਲੱਕ ਟੁੱਟਾ ਹੋਇਆ, ਹਰਿਆਣੇ ਦਾ ਲੱਕ ਟੁੱਟਾ ਹੋਇਆ। ਇਕਨੋਮਿਕਲੀ ਅਸੀਂ ਸੋਸ਼ਲੀ ਕਲਚਰਲੀ ਬਹੁਤ ਜ਼ਿਆਦਾ ਪਿਛਾਂ ਗਏ ਹੋਏ ਹਾਂ। ਲਿਹਾਜ਼ਾ ਸਾਡੀ ਆਮ ਜਨਤਾ ਨੂੰ, ਸਾਡੇ ਭਾਈਚਾਰਿਆਂ ਨੂੰ ਇੱਕ ਸਾਂਝ ਦਾ ਪ੍ਰਤੀਕ ਦੇ ਤੌਰ ਦੇ ਉੱਤੇ ਇਹਨਾਂ ਦੀ ਪੋਲਿਟਿਕਸ ਤੋਂ ਦੂਰ ਰਹਿ ਕੇ, ਬਲਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਅੱਗੇ ਆਉਣਾ ਚਾਹੀਦਾ। ਜੀ ਬਿਲਕੁਲ। ਸੋ ਓਕਾਲੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਸਾਂਝੀ ਕਰਨ ਦੇ ਲਈ, ਧੰਨਵਾਦ। ਮਿਹਰਬਾਨੀ ਡੀਅਰ ਜੀ। ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਜਰਨਲਿਸਟ ਸਿਰਾਜ ਕਾਲੀ ਸਾਹਿਬ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਕਿ ਤੁਸੀਂ ਇਹਨਾਂ ਮਾਮਲਿਆਂ ਬਾਰੇ ਕੀ ਵਿਚਾਰ ਰੱਖ ਸਕਦੇ ਹੋ। ਸੋ ਧੰਨਵਾਦ।